ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿੰਨੇ ਵੀ ਇਸ ਵੀਡੀਓ ਨੂੰ ਵੇਖ ਰਹੇ ਨੇ, ਸਭ ਨੇ ਦਾਸ ਦੀ ਫਤਿਹ ਪ੍ਰਵਾਨ ਕਰਨੀ ਜੀ। ਦਾਸ ਭਾਈ ਗੁਰਵਿੰਦਰ ਸਿੰਘ ਜੀ ਖਾਲਸਾ ਪਿੰਡ ਮਹਿਮਦਪੁਰ ਸੋਤ ਰਤੀਏ ਤੋਂ। ਸੋ ਪਿਛਲੇ ਕੁਝ ਕੁ ਦਿਨਾਂ ਤੋਂ ਜੋ ਦਾਸ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ, ਜੋ ਕਿ ਸਾਡੇ ਛੋਟੇ ਵੀਰ ਭਾਈ ਤਰੰਗ ਸਿੰਘ ਜੀ ਦੀ ਸਹਾਇਤਾ ਬਾਰੇ, ਜੋ ਕਿ ਉਹਨਾਂ ਦੇ ਸਰੀਰ ਦੇ ਉੱਪਰ ਜੋ ਸੋਰਾਇਸਿਸ ਦੀ ਬਿਮਾਰੀ ਕਾਫੀ ਲੰਮੇ ਅਰਸੇ ਤੋਂ ਉਹਨਾਂ ਦੇ ਸਰੀਰ ਦੇ ਉੱਪਰ ਹੈ। ਜੋ ਭਾਈ ਤਰੰਗ ਸਿੰਘ ਜੀ ਤਕਰੀਬਨ 6-7 ਸਾਲਾਂ ਤੋਂ 8 ਸਾਲਾਂ ਤੋਂ ਪਿੰਡ ਮਾਣੀ ਦੇ ਵਿੱਚ ਹੈੱਡ ਗ੍ਰੰਥੀ ਦੀ ਜੋ ਸੇਵਾ ਨਿਭਾ ਰਹੇ ਨੇ, ਅਤੇ ਉਹਨਾਂ ਦੇ ਵੱਲੋਂ ਉਹਨਾਂ ਦੀ ਸਹਾਇਤਾ ਵਾਸਤੇ ਜੋ ਸਾਰੇ ਗੁਰਸਿੱਖ ਵੀਰਾਂ ਨੂੰ ਭੈਣਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਅਪਲੋਡ ਹੋਈ ਸੀ। ਸੋ ਉਸ ਵੀਡੀਓ ਨੂੰ ਵੇਖਦੇ ਹੋਏ, ਜੋ ਕਿ ਬਹੁਤ ਹੀ ਸਾਡੇ ਸਤਿਕਾਰਯੋਗ ਜੋ ਕਿ ਇੱਕ ਗ੍ਰੰਥੀ ਜੋ ਰਾਗੀ ਪ੍ਰਚਾਰਕ ਸਭਾ ਬਣੀ ਹੋਈ ਹੈ ਹਰਿਆਣੇ ਦੇ ਵਿੱਚ, ਜੋ ਪੰਜਾਬ ਦੇ ਵਿੱਚ ਵੀ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ, ਜੋ ਹਰਿਆਣੇ ਦੇ ਵਿੱਚ ਵੀ ਚੱਲਦੀ ਹੈ। ਸੋ ਸਾਰੇ ਹੀ ਗ੍ਰੰਥੀ ਰਾਗੀ ਪ੍ਰਚਾਰਕ ਸਭਾ ਦੇ ਵੱਲੋਂ ਜਿਤਨੇ ਵੀ ਉਸਦੇ ਮੈਂਬਰ ਸਾਹਿਬਾਨ ਨੇ, ਜਿਤਨੇ ਵੀ ਉਸਦੇ ਵਿੱਚ ਰਾਗੀ ਢਾਡੀ ਨੇ, ਸਭ ਨੇ ਹੀ ਰਲ ਮਿਲ ਕਰਕੇ ਜੋ ਉਹਨਾਂ ਦੇ ਵੱਲੋਂ ਜੋ ਆਪਣੀ ਕਿਰਤ ਕਮਾਈ ਦੇ ਵਿੱਚ ਉਹਨਾਂ ਨੇ ਆਪਣਾ ਦਸਵੰਧ ਦਿੰਦੇ ਹੋਏ ਭਾਈ ਤਰੰਗ ਸਿੰਘ ਦੀ ਜੋ ਦੇਹ ਅਰੋਗਤਾ ਵਾਸਤੇ ਜੋ ਮਾਇਆ ਇਕੱਠੀ ਕੀਤੀ ਗਈ ਹੈ, ਅਤੇ ਉਹ 22,650 ਰੁਪਏ ਤੋਂ ਮਾਇਆ ਇਕੱਠੀ ਕੀਤੀ ਗਈ ਹੈ, ਅਤੇ ਜਿਸ ਦੇ ਵਿੱਚ ਸਾਡੇ ਅਤਿ ਸਤਿਕਾਰਯੋਗ ਮੁੱਖ ਸਲਾਹਕਾਰ ਭਾਈ ਆਗਿਆਪਾਲ ਸਿੰਘ ਜੀ ਟੋਹਾਣੇ ਤੋਂ, ਜੋ ਰਾਗੀ ਪ੍ਰਚਾਰਕ ਸਭਾ ਦੇ ਜੋ ਪ੍ਰਧਾਨ ਸਾਹਿਬ ਜੀ ਹਨ, ਅਤੇ ਸਾਡੇ ਅਤਿ ਸਤਿਕਾਰਯੋਗ ਬਾਬਾ ਹਰਵੰਸ ਸਿੰਘ ਜੀ ਕੋਲਾਂ ਤੋਂ, ਅਤੇ ਜੋ ਬਾਬਾ ਮੇਵਾ ਸਿੰਘ ਜੀ ਜੋ ਕਿ ਪਿੰਡ ਮੂਸਾ ਢਾਣੀ ਦੇ ਵਿੱਚ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ, ਅਤੇ ਭਾਈ ਬਲਕਾਰ ਸਿੰਘ ਜੀ ਜੋ ਪੋਲਿਆਂ ਵਾਲੇ ਕੋਠਿਆਂ ਦੇ ਵਿੱਚ, ਅਤੇ ਅਕਾਲੀ ਤੋਂ ਬਾਬਾ ਜੀ ਪਹੁੰਚੇ ਨੇ, ਅਤੇ ਹੋਰ ਵੀ ਬੇਅੰਤ ਹੀ ਗੁਰਸਿੱਖ ਵੀਰ ਜਿਨ੍ਹਾਂ ਨੇ ਆਪਣੀ ਜਿਹੜੀ ਮਾਇਆ ਹੈ ਅਤੇ ਇੱਥੇ ਆ ਕੇ ਬਾਬਾ ਜੀ ਨੂੰ ਪਹੁੰਚਾਉਣਾ ਕੀਤੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਹੀ ਧੰਨਵਾਦ ਹੈ, ਅਤੇ ਜਿਸ ਦੇ ਵਿੱਚ ਕਿ ਸਾਡੇ ਕੁਛ ਵੀਰ ਜੋ ਬਾਹਰ ਫੋਰਨ ਦੇ ਵਿੱਚ ਵੀ ਰਹਿ ਰਹੇ ਨੇ, ਅਤੇ ਉਹਨਾਂ ਦੇ ਵੱਲੋਂ ਵੀ ਮਾਇਆ ਪਹੁੰਚੀ ਹੈ, ਅਤੇ ਜਿਸ ਤਰ੍ਹਾਂ ਕਿ ਭਾਈ ਮਹਿਕਪ੍ਰੀਤ ਸਿੰਘ ਜੀ ਕੈਨੇਡਾ ਤੋਂ, ਉਹਨਾਂ ਦੇ ਵੱਲੋਂ ਵੀ ਬਹੁਤ ਮਾਇਆ ਪਹੁੰਚੀ ਹੈ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੋ ਸਾਰੀਆਂ ਸੰਗਤਾਂ ਨੇ, ਹੋਰ ਵੀ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਉਹਨਾਂ ਦੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਕਸ਼ਟ ਹੈ, ਪਰਿਵਾਰ ਜਿਹੜਾ ਹੈ ਬੜਾ ਗਰੀਬ ਹੈ, ਅਤੇ 2 ਛੋਟੇ ਛੋਟੇ ਬੱਚੇ ਨੇ, ਅਤੇ ਆਪ ਜੀ ਨੂੰ ਪਤਾ ਹੈ ਕਿ ਗ੍ਰੰਥੀ ਦੀ ਜਿਹੜੀ ਉਪਜੀਵਿਕਾ ਹੈ ਉਹ ਕਿਹੋ ਜਿਹੀ ਹੁੰਦੀ ਹੈ, ਅਤੇ ਇਸ ਬਾਬਤ ਸਾਰੀਆਂ ਸੰਗਤਾਂ ਨੂੰ ਹੋਰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਜੋ ਸਰੀਰ ਵਾਸਤੇ ਸਹਾਇਤਾ ਵਾਸਤੇ ਜੋ ਮਾਇਆ ਦੀ ਸੇਵਾ ਹੈ, ਵੱਧ ਚੜ੍ਹ ਕੇ ਸਾਰੀਆਂ ਸੰਗਤਾਂ ਭਾਈ ਦਿਓ। ਸੋ ਜਿਨ੍ਹਾਂ ਨੇ ਮਾਇਆ ਪਹੁੰਚਾਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਜਿਨ੍ਹਾਂ ਜਿਨ੍ਹਾਂ ਗੁਰਮੁੱਖਾਂ ਦੇ ਵੱਲੋਂ ਮਾਇਆ ਆਈ ਹੈ, ਅਤੇ ਉਹਨਾਂ ਦੀ ਜੋ ਲਿਸਟ ਸਾਡੇ ਕੋਲ ਬਣੀ ਹੈ ਉਹ ਵੀ ਬਾਬਾ ਜੀ ਨੂੰ ਦਿੱਤੀ ਗਈ ਹੈ, ਅਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਜਿਨ੍ਹਾਂ ਦੇ ਵੱਲੋਂ ਮਾਇਆ ਆਈ ਹੈ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਇਸੇ ਤਰ੍ਹਾਂ, ਅਤੇ ਅੱਗੇ ਤੋਂ ਵੱਧ ਚੜ੍ਹ ਕੇ ਜੋ ਗਰੀਬ ਦੀ ਹੈਲਪ ਹੈ ਅਤੇ ਉਹ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨ। ਸੋ ਹੁਣ ਸਤਿਕਾਰਯੋਗ ਭਾਈ ਆਗਿਆਪਾਲ ਸਿੰਘ ਦੇ ਵੱਲੋਂ ਜੋ ਗ੍ਰੰਥੀ ਰਾਗੀ ਪ੍ਰਚਾਰਕ ਸਭਾ ਦੇ ਮੁੱਖ ਸੇਵਾਦਾਰ ਨੇ, ਉਹਨਾਂ ਦੇ ਵੱਲੋਂ ਜੋ ਮਾਇਆ ਭਾਈ ਤਰੰਗ ਸਿੰਘ ਜੀ ਨੂੰ ਦਿੱਤੀ ਜਾ ਰਹੀ ਹੈ। ਬੋਲੇ ਸੋਨੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।